अड़बा फिर भी लोगों के दिल से राज करता, एडा सही सही दसी भाई किस तरह किरदार बचाया। तो वो गलत तो अड़ब है, उदा थोड़ी अड़ब है। पर चार सीटा जित गई एक पार्टी, तुम्हें लगता भी इस तरह ना लिया कर कि जित गई झाड़ू आए थे दो बाद भज गए उन्होंने। सियासी पार्टी ना मेरा परसनली मैं अपने आप को कदे जोड़िया नहीं ना मैं जोड़ना चाहना। हाँ भगवंत साडा मित्र सी है ते रहूगा, मैं पार्टी का सपोर्टर नहीं, भगवंत दा ही यार है साडा, वो साडा गोल्ड ही है, वो कांग्रेस च है। तू पत्रकार बन गया पूरा है, स्वाद ले रहा हूँ पूरा। मैं जे मैं कहीं रैली च गाया भी है ना किसी सियासी च पैसे दिने मैं उत्थे ही मैं कहना बत्ती लाल जो लंघे साढ़े मार दिए डंडे। हूँ ले जाने वाले की टेंशन है मैनू ले जाना कि नहीं, मैं आपके गीत नहीं बदलता कदे। आम बंदा दिल्ली च किल ला गया वो तो आप वाला सी, फिर मैं उत्थे गाया माड़ी जी गल कह दो अगले दिन ऐ भड़क दे जिवें कोई न्याणा नहीं लड़ता हुंदा, इकने ते लपड़ ही मारता सीगा पंजाब यानी कोई गल थोड़ी है रे। ਸਿਆਸਤ ਤੁਸੀਂ ਕਰੋ ਜਿਹਨੇ ਕਰਨੀ ਹੈ ਕਰੇ, ਐਮ ਐਲ ਏ ਦੇ ਹੱਥ ਤਾਂ ਵੈਸੇ ਕੁਛ ਨਹੀਂ ਹੁੰਦਾ, ਕੀ ਹੁੰਦਾ ਐਮ ਐਲ ਏ ਕੋਲ, ਉਹਨਾਂ ਨੇ ਮੇਰੇ ਦਰਵਾਜ਼ੇ ਨਹੀਂ ਖੋਲ੍ਹੇ ਕਈਆਂ ਨੇ ਬਾਅਦ 'ਚ ਐਮ ਐਸ ਕਦੇ ਕਰਦਾ ਰਿਹਾ। ਆਪਦੇ ਵਿੱਚ ਹੁਣ ਲੀਡਰਾਂ ਦਾ ਇੱਕ ਕੰਮ ਚੱਲਿਆ ਆਮ ਬੰਦਾ ਦਿਸਣ ਵਾਲਾ, ਕੋਈ ਮੰਜੇ ਬੁਣੀ ਜਾਂਦਾ, ਕੋਈ ਨਰਮਾ ਚੁਗੀ ਜਾਂਦੀ ਹੈ, ਕੋਈ ਕਾਗਜ਼ ਚੁਗੀ ਜਾਂਦਾ। ਯਾਰ ਭਾਈ ਇਹ ਚੀਜ਼ਾਂ ਦੇਖ ਕੇ ਕਿਸ ਤਰ੍ਹਾਂ ਲੱਗਦਾ ਵੀ ਵਾਕਈ ਬੰਦੇ ਬਣ ਗਏ। ਕਾਂਗਰਸ 'ਤੇ ਦਾਗ ਪੈ ਗਿਆ, 84 'ਚ ਪੈ ਗਿਆ ਸੀ, ਅਕਾਲੀਆਂ 'ਤੇ ਬਰਗਾੜੀ 'ਚ ਪੈ ਗਿਆ, ਇਹ ਜਵਾਬ ਦੇਣੇ ਪੈਣੇ ਨਾ ਫਿਰ ਇਹਨਾਂ 'ਚ ਜਜ਼ਬਾ ਉਹ ਵੱਜ ਜਾਣਗੇ ਕਿੱਦਾਂ ਪੰਜਾਬੀ ਹਰਿਆਣਵੀ ਅੱਜ ਭਾਰਤ ਦਾ ਕਿਸਾਨ ਜਾ ਕੇ ਇਹ ਬਚ ਜਾਣਗੇ, ਇਹ ਆਪਣੀ ਮਰਜ਼ੀ ਕਰ ਲੈਣਗੇ ਪਰ ਬਹੁਤਿਆਂ ਨੂੰ ਉਹਨਾਂ ਨੇ ਪਿੱਛੇ ਲਾ ਲੈਣਾ। ਨਹੀਂ ਮੈਂ ਤਾਂ ਹੱਕ 'ਚ ਹਾਂ, ਸਾਰੀ ਉਮਰ ਕੱਚਾ ਕੋਠਾ ਪੱਕਾ ਨਹੀਂ ਹੁੰਦਾ, ਮੁੰਡਿਆਂ ਨੇ ਜਾ ਕੇ ਪੈਸੇ ਭੇਜ ਕੇ ਕਿਹੋ ਜਿਹੇ ਪਿੰਡ ਬਣਾ ਦਿੱਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਹਲੀ ਦਾ ਸਵਾਗਤ ਹੈ, ਮੌਜੂਦ ਹਾਂ ਸਿੰਘੂ ਬਾਰਡਰ 'ਤੇ। ਰਾਤ ਦੇ ਲਗਭਗ 12-1 ਵਜੇ ਆ ਪਿਆ ਅਤੇ ਜਿਹੜਾ ਹੈਗਾ ਬੱਬੂ ਮਾਨ ਜਿਹੜਾ ਹੈਗਾ ਇੱਥੇ ਪਹੁੰਚੇ ਆ, ਇਹਨਾਂ ਨਾਲ ਗੱਲਬਾਤ ਕਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਵਧਾਂਗਾ ਬਾਈ, ਜਿਹੜਾ ਹੈਗਾ ਅੰਦੋਲਨ ਲਗਭਗ ਜਿੱਤਿਆ ਗਾ ਦਿੱਲੀ ਵਾਲਿਆਂ ਵੱਲੋਂ, ਬਹੁਤ ਜਿੱਤਿਆ ਗਿਆ ਬਸ ਥੋੜ੍ਹਾ ਜਿਹਾ ਰਹਿ ਗਿਆ ਅਤੇ ਆਪਾਂ ਆਪਣੀ ਭਾਸ਼ਾ ਵੀ ਬਦਲਾਂਗੇ, ਉਹਨਾਂ ਨੇ ਵੀ ਬਦਲ ਲਈ, ਹੁਣ ਅਸੀਂ ਵੀ ਸੰਜਮ ਨਾਲ ਬੋਲੀਏ ਅਤੇ ਸਬਰ ਨਾਲ ਗੱਲ ਕਰੀਏ। ਅਤੇ ਬਾਈ ਕੀ ਸੋਚਦੇ ਹੋ ਜਿਹੜਾ ਹੈਗਾ ਆਉਣ ਵਾਲਾ ਹੁਣ ਪੰਜਾਬ ਆ, ਹੈ ਨਾ ਪੰਜਾਬ ਦੇ ਵਿੱਚ ਕੋਈ ਜਿਹੜਾ ਹੈਗਾ ਸਿਆਸੀ ਬਦਲ ਦੇਖਦੇ ਹੋ, ਜਾਂ ਆਪਾਂ ਅੱਗੇ ਯੂਨੀਅਨਾਂ ਦਾ ਪ੍ਰੈਸ਼ਰ ਰਹਿਣਾ ਚਾਹੀਦਾ ਜਾਂ ਕਿਸੇ ਕਿਸ ਤਰੀਕੇ ਨਾਲ ਜਿਹੜਾ ਅੱਗੇ ਵਧਣਾ ਚਾਹੀਦਾ ਹੁਣ? ਦੇਖੋ ਜਿਹੜੀ ਪੰਜਾਬ ਦਾ ਜਿਹੜਾ ਸਿਸਟਮ ਆ, ਇਕੱਲਾ ਯੂਨੀਅਨ ਉੱਥੇ ਚਲੇ ਗਈਆਂ, ਯੂਨੀਅਨਾਂ ਨੇ ਪ੍ਰੈਸ਼ਰ ਪਾਤਾ, ਉਹਦੇ ਨਾਲ ਹੀ ਗੱਲ ਬਣੀ, ਪ੍ਰੈਸ਼ਰ ਨਾਲ ਥੋੜ੍ਹੀ ਗੱਲ ਬਣੀ। ਪੰਜਾਬ ਨੂੰ ਜਿਹੜੇ ਸੰਕਟ ਆ ਉਹਨਾਂ 'ਚੋਂ ਕਿਵੇਂ ਕੱਢਣਾ ਉਹਦੀ ਡਿਟੇਲ ਆਪਾਂ ਤਿਆਰ ਕਰ ਰਹੇ ਹਾਂ। ਕੁਝ ਸਾਡੇ ਜਿਹੜੇ ਸੀਨੀਅਰ ਹੈ, ਬਜ਼ੁਰਗ ਹੈ, ਕੁਝ ਦੋਸਤ ਮਿੱਤਰ ਹੈ, ਕੁਛ ਅਰਥ ਸ਼ਾਸਤਰੀ ਹੈ, ਕੁਛ ਜਿਨ੍ਹਾਂ ਨੇ ਪਾਣੀ 'ਤੇ ਕੰਮ ਕਰਿਆ, ਇਨਵਾਇਰਮੈਂਟ 'ਤੇ ਕੰਮ ਕਰਿਆ, ਉਹ ਅਸੀਂ ਤੁਹਾਨੂੰ 14 ਤਰੀਕ ਨੂੰ ਚੰਡੀਗੜ੍ਹ ਮਿਲਾਂਗੇ, 13 ਜਾਂ 14 ਦੀ। ਮੈਂ ਅਸਲ 'ਚ 3-4 ਦਿਨ ਤੋਂ ਬਾਹਰ ਸੀ ਅਤੇ ਮੇਰੀ ਗੱਲ ਨਹੀਂ ਹੋ ਸਕੀ। ਮਤਲਬ ਕਿ ਤੁਸੀਂ ਜਿਹੜਾ ਹੈਗਾ ਇੱਕ ਪੰਜਾਬ ਨੂੰ ਜਿਹੜਾ ਹੈਗਾ ਪੰਜਾਬ ਬਣਾਉਣ ਵਾਸਤੇ ਜਿਹੜਾ ਹੈਗਾ ਜਿਹੜਾ ਕੁਝ ਚੀਜ਼ਾਂ ਘੜੀਆਂ ਵੀ ਜਿਨ੍ਹਾਂ ਨੂੰ ਇੰਪਲੀਮੈਂਟ ਕਰਕੇ ਸਿਆਸਤ ਤੁਸੀਂ ਕਰੋ, ਜਿਹਨੇ ਕਰਨੀ ਹੈ ਕਰੇ, ਪਰ ਸਿਆਸਤਦਾਨ ਕੋਲ ਹੱਲ ਕੀ ਆ ਉਹ ਦੱਸੇ, ਉਹ ਸਾਡੇ ਨਾਲ ਬਹਿਸ ਕਰੇ ਜਿਹੜਾ ਸੀਐਮ ਕੈਂਡੀਡੇਟ ਹੈ, ਕਿਉਂਕਿ ਐਮਐਲਏ ਦੇ ਹੱਥ ਤਾਂ ਵੈਸੇ ਹੀ ਕੁਛ ਨਹੀਂ ਹੁੰਦਾ। ਕੀ ਹੁੰਦਾ ਐਮਐਲਏ ਕੋਲ ਦੱਸੋ? ਉਹ ਤਾਂ 4 ਸਾਲ ਪਿਛਲੇ ਜਿਹੜੇ ਸਾਡੇ ਸਾਬਕਾ ਚੀਫ ਮਿਨਿਸਟਰ ਸਾਹਿਬ ਸੀ, ਮਿਸਟਰ ਚੀਫ ਮਿਨਿਸਟਰ, ਉਹਨਾਂ ਨੇ ਮੇਰੇ ਦਰਵਾਜ਼ੇ ਨਹੀਂ ਖੋਲ੍ਹੇ ਕਈ ਹੁੰਦਾ ਬਾਅਦ 'ਚ ਐਮਐਸ ਕਦੇ ਕਰਦਾ ਰਿਹਾ, ਉਹਨਾਂ ਵਿਚਾਰਿਆਂ ਦਾ ਕੀ ਹੈ ਫਿਰ? ਫਿਰ ਜਾਣੀ ਜੇ ਮੈਂ ਜੇ ਤੁਸੀਂ ਮੰਨ ਲਓ ਐਮਐਲਏ ਦਾਅਵਾ ਕਰ ਰਹੇ ਹੋ ਕਿ ਮੈਂ ਕਰ ਦੂੰ, ਕੀ ਕਰੋਗੇ ਤੁਸੀਂ ਦੱਸੋ? ਮਤਲਬ ਕਿ ਤੁਹਾਡੇ ਕੋਲ ਪਾਵਰ, ਯੂ ਡੋਨਟ ਹੈਵ ਪਾਵਰ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਐਮਐਲਏ ਆ ਜਾਂ ਜਿਹੜੇ ਮੰਤਰੀ ਆ ਜਾਂ ਜਿਹੜਾ ਚੀਫ ਮਿਨਿਸਟਰ ਹੈ ਉਹ ਪ੍ਰੋਪਰ ਹੱਲ ਲੱਭੇ, ਉਹ ਹੱਲ ਆਪਣੇ ਕੋਲ ਹੈ, ਪਾਣੀ ਕਿੱਦਾਂ ਬਚਾਉਣਾ ਅਸੀਂ, ਹਵਾ ਕਿੱਦਾਂ ਬਚਾਉਣੀ ਹੈ, ਖੇਤ ਕਿਵੇਂ ਬਚਾਉਣਾ, ਕਿਸਾਨ ਕਿਵੇਂ ਬਚਾਉਣਾ। ਇੱਕ ਜਿਹੜੀ ਆਪਾਂ ਕਹੀਏ ਪੰਜਾਬ ਦੀ ਰਾਜਨੀਤੀ ਆ ਬਾਈ ਬਹੁਤ ਕੋਸਟਲੀ ਆ, ਖਾਸ ਕਰਕੇ ਐਮਐਲਏ ਦਾ, ਹੈ ਨਾ? ਅਤੇ ਉਹਨੂੰ ਵੀ ਕੋਈ ਹੋ ਸਕਦਾ ਤੁਹਾਡੇ ਹਿਸਾਬ ਨਾਲ, ਜਿਵੇਂ ਮੰਨ ਲਿਆ ਇੱਕ ਵਾਰੀ 4 ਸੀਟਾਂ ਜਿੱਤ ਗਈ ਸੀ ਇੱਕ ਪਾਰਟੀ, ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਨਾ ਲਿਆ ਕਰ ਕਿਹੜੀ ਜਿੱਤ ਗਈ ਸੀ? ਕੰਮ ਚੱਲਣਾ, ਝਾੜੂ ਆਏ ਸੀਗੇ ਦੋ ਬਾਅਦ 'ਚ ਭੱਜ ਗਏ ਉਹਨਾਂ ਦੇ।
देखो झाड़ू वाले आ सियासी पार्टी ना मेरा परसनली मैं अपने आप कदे जोड़िया नहीं ना मैं जोड़ना चाहना हाँ भगवंत साडा मित्र सी है ते रहूगा जे मान लो हुण भगवंत मान चलो वो तो आप 14 नूं गल करांगे पार्टी का सपोर्टर नहीं भगवंत तो यार है साडा और साडा गोल्ड ही है वो कांग्रेस च है छोटा भरा है अपना वो लिए खड़े हैं हर वेले जिस तरह बई तुम्हें पहला एक्सपीरियंस रहा पार्टियां प्रमोशन में तुम साधे भी रहा चलो गाँव हरेक मैं गाँवना जाके मैं जे मैं कहीं रैली च गाया भी है ना किसी सियासी पैसे दने मैं वो मैं गाँवना तो उत्थे भी मैं रैली गीत सुना जाके उत्थे भी मैं कहना बत्ती लाल जो लंघे साढ़े मार दिए डंडे उत्थे भी मैं कहना पांच साल फिर कंटे बीजने ये हूँ ले जाने वाले की टेंशन है मैंने ले जाना कि नहीं मैं आपके गीत नहीं बदलता कदे ना मेरे पिंड सुनो मैं एग्जाम्पल दिना साढ़े पिंड जोड़े उदकालिया की पूरी चढ़ाई से पिंड वाले कहें कांग्रेस बुलाई मैं बुला लें भाई कांग्रेस आ गई मिस्टर चीफ मिनिस्टर साहब का जो कहते जाते नहीं कि वो भी उत्थे तीन घंटे बैठ रहे हैं प्रेजेंट चीफ मिनिस्टर जोड़े होना है वो भी उत्थे साढ़े नाल ही स्टेज पर से कांग्रेस वाले आए हुए थे पर मैं जो गीत गाना सी आम बंदा दिल्ली च किल ला गया वो तो आप वाला सी फिर मैं उत्थे गाया मेरे गीत नहीं बदलने मैं बुला लो कोई प्रॉब्लम नहीं पैसे दें मैं बुला लो मैं आ गया बट मैं कहते कंपेनिंग उदा नहीं करी किसी भी दोस्तों तो बिना भाई लगता जोड़ा है ना नाल चाह भी पी लो भाई मड़के कहो तो जोड़ा लगता भाई कि तिना दे कोई लगता भी जोड़ा है मान लो कांग्रेस अकाली झाड़ू बीजेपी इस बाद चरूनी वाले भी आ गए तो बच्चे आजाद भी हो गए कुछ जो नौजवान आगू भी आ गए पोलिसीज की है थोड़े को गल्ला है वो कहता उन्हें आया कि हाँ न्याण वगू तो लड़ते हैं यार पोलीटिशन ने लीड करना है पूरे पंजाब में लड़ते किमें हैं भी उन्हें इनू आया कहता बच्चे वाली गल् करते हैं परिवार दल् करते हैं थोड़ा एजेंडा की है एजेंडिया की राजनीति होनी चाहिए ना एक ये राजनीति है ना जिमें मान लो भाई इतने जो अंदोलन चलिया है ना अंदोलन के बहुत ज़्यादा पैसा लग गया है ना आने वाला अंदोलन जोड़ा होगा जो मान लो कि करना पै गया क्योंकि इन्ना मैं लगता कहोजा होना चाहिए वो किस तरह जिमें भाई वो पहला रूपरेखा तैयार होनी चाहिए हूँ जो भविख्य आप कद भी सारे जने लड़िए अपने हकों लिए रणनीति ये तैयार होनी चाहिए कि साढ़ा घट तो घट पैसा लगे तो सट वजे सिस्टम को यह भी जरूरी है हूँ आपने करोड़ों तो भी मिल लगती है कई सौ करोड़ का तो तेल ट्रैक्टर पा के साडा लग गया और यह साड़ी मजबूरी से पहला धरना से बहुत देर बाद जो सफल होया भविख च शायद आप सारे जने इदा बनावे रणनीति तो जिमें बई जिस तरह हम इतों नौजवान उगरे मान लो जिमें बई ये जो है अपने मेजर लीग आए हो गए ज होर मुंडे है ना इन्हें यह आपदे कबड्डी फैडरेशन चलाते थे पर इतने भी लगातार वो नाल खड़े जिमें तुम चलो गाँवते खड़े की लगता इतों पहला जे वो फिर एक कास्ट चल जाना भी एक बार किसी खास कास्ट का अंदोलन चल रहा है तो उन्होंने बॉलीवुड के सब तो व्डे एक्टर से पर उन्होंने कहीं मूँह नहीं खोलिया तो अपने वाले जिन्होंने नहीं खोलिया उन्होंने बार मूहे जा जाके नारे लाते रहे नहीं पंजाबी देखो थोड़े थोड़े खून चैन चीज़ा तुसी मैं अज भी पंजाब वोटों की बहुत लोगों ने झांझर पाई हैं पर मैनू अंदोलन का शौक है ये मेरी तमन्ना है मैं नहीं कहता हो सकता थोड़ा सियासत का शौक है तुसी भी करो सब नू अपना अपना हक है और मैं लगता आपसी तू तू मैं चो निकलीए जे तुसी आस्तिक हो मैं नास्तिक है तो तुसी कितने मत्था टेकदे हो मैं नहीं भी जांदा तो थोड़ा मेरे ते थोपण वाला काम गलत है यही लड़ाई है तो पहला तो मैं लगता समाजिक मीडिया से आपको अपना पद्धर चकना पेगा मैं बड़े बड़े लीडर देखे हैं माड़ी जी गल कह दो अगले दिन ऐ भड़कद जिम्मे कोई न्याणा नहीं लड़ता हों एकने दे लपड़ी मारता सी यानी कोई गल थोड़ी है फिर तुम थोड़े जी जो थोड़े ऊँ सारा दिन कही जाने अभी पब्लिक के सर्वेंट हो ऊँ जो डांग फेर दौ एक सही सही दस्यो जिस तरह पंजाब हम लीडर का एक काम चलिया आम बंदा दिसने वाला कोई मंजे बुनी जाता कोई नरमा चुकी जाती है कोई कागज चुकी जाता है यार भाई ये चीज़ा देख के किस तरह लगता है वाकई बंदे बन गए हो देखो तुम पत्रकार हो तुम सवाल कर सकते हो मैनू इदा दी ना पाओ क्योंकि मैं परसनली बना मैं ये बहुत साल ना एक आदत बनाई है कि सिस्टम के खिलाफ मैं जरूर बोलूँगा सिस्टम जो हूँ इतने बीजेपी ना आती कोई होर सरकार आती तभी आप लड़ना सी हाँ पर मैं निजी किसी तो मैं लगता मैं ना किसी की गल ही ना करा एक खास करके मान लो 32 जथेबंदियां बई है ना वो अंदोलन जित गई इतों जित गया बट हुण लड़ाई है किरदार बचाउण दी संयुक्त किसान मोर्चा अगे बचा रहे क्योंकि उसके बाद भांडे खिलर जाने होंगे अड जाते हैं चिंता ना कर आप सारे जोड़ के रखने हैं अपने को है बल इन्ना कर लेंगे आप मतलब कि तुम्हें लगता भी जोड़ी रखा जोड़ी रखा तो जोड़ा हम आने वाला टाइम आ मान लो पंजाब का एक तो तुम आपका मॉडल लैके आ रहे हो हूँ कि सियासी बदलाव चाहते हो ज
ਸਿਆਸੀ ਬਦਲਾ ਹੋਵੇ ਨਾ ਹੋਵੇ ਪਰ ਰਣਨੀਤੀ ਤੂੰ ਪੱਤਰਕਾਰ ਬਣ ਗਿਆ ਪੂਰਾ ਸਵਾਦ ਲੈ ਰਿਹਾ ਹੁਣ ਪੂਰਾ ਨਹੀਂ ਮੈਂ ਦੇਖੋ ਮੈਨੂੰ ਨਹੀਂ ਪਤਾ ਬਦਲਾ ਰਣਨੀਤੀ ਬਦਲਣੀ ਚਾਹੀਦੀ ਹੈ ਇੱਕ ਚੀਜ਼ ਪੱਕੀ ਹੈ ਕਿ ਜਿਸ ਵੀ ਪਾਰਟੀ ਤੇ ਜਿਹੜਾ ਵੀ ਦਾਗ ਲੱਗ ਗਿਆ ਉਹ ਧੋ ਨਹੀਂ ਹੁੰਦਾ ਹੁਣ ਕਾਂਗਰਸ ਤੇ ਦਾਗ ਪੈ ਗਿਆ 84 ਚ ਪੈ ਗਿਆ ਸੀ ਅਕਾਲੀਆਂ ਤੇ ਬਰਗਾੜੀ ਚ ਪੈ ਗਿਆ ਆਪ ਵਾਲੇ ਫਲੂਟ ਵਾਲਿਆਂ ਦਾ ਮੈਨੂੰ ਪਤਾ ਨਹੀਂ ਅਜੇ ਕਿਉਂ ਉਹਨਾਂ ਨੇ ਕੋਈ ਸਿੱਖ ਚਿਹਰਾ ਨਾ ਤਾਂ ਦਿੱਲੀ ਦੇ ਵਿੱਚ ਮੁੱਖ ਮੰਤਰੀ ਲਾਇਆ ਉਹਨਾਂ ਦਾ ਹੀ ਪੈ ਗਿਆ ਠੀਕ ਹੈ ਇਹ ਜਵਾਬ ਦੇਣੇ ਪੈਣੇ ਨੇ ਫਿਰ ਹੁਣ ਤੇ ਉਹਨਾਂ ਦੇ 20ਾਂ ਦੇ ਵਿੱਚੋਂ 9-10 ਭੱਜ ਗਏ ਹਜੇ ਅੱਧਿਆਂ ਦੀ ਤਿਆਰੀ ਚਲੋ ਭੱਜੇ ਹੋਏ ਪਾਰਟੀ ਦਾ ਨਹੀਂ ਕਸੂਰ ਉਹ ਬੰਦਿਆਂ ਦਾ ਕਸੂਰ ਹੈ ਉਹਨਾਂ ਨੂੰ ਉੱਥੇ ਵੀ ਕੁਝ ਨਹੀਂ ਮਿਲਣਾ ਧਿਰ ਬਣ ਕੇ ਖੜ ਜਾਓ ਜਿੱਥੇ ਖੜੇ ਆ ਜੇ ਆਪਾਂ ਕਿਸਾਨੀ ਅੰਦੋਲਨ 'ਚ ਆਪਾਂ ਸਾਰੇ ਜੁੜੇ ਹਾਂ ਤਾਂ ਬਸ ਜੁੜੇ ਹਾਂ ਬਸ ਖੜੇ ਹਾਂ ਫਿਰ ਹੁਣ ਭੱਜਾਂਗੇ ਥੋੜ੍ਹੀ ਹੁਣ ਜਿਹੜਾ ਬਾਈ ਜਿਵੇਂ ਮੰਨ ਲਓ ਤੁਸੀਂ ਬੜਾ ਟਾਈਮ ਪਹਿਲਾਂ ਗੱਲਾਂ ਲਿਖੀਆਂ ਇੱਕ ਦੋ ਵਾਰੀ ਆਪਾਂ ਪਹਿਲਾਂ ਵੀ ਗੱਲ ਹੋਈ ਆ ਹੈ ਨਾ ਪਰ ਇਦੋਂ ਬਾਅਦ ਜਿਹੜਾ ਮੰਨ ਲਓ ਆਪਾਂ ਮੰਨ ਲਓ 20-25 ਸਾਲਾਂ ਤੱਕ ਕਿਸ ਤਰ੍ਹਾਂ ਦਾ ਪੰਜਾਬ ਸਿਰਜਣਾ ਚਾਹੁੰਦੇ ਜਾਂ ਲੱਗਦਾ ਵੀ ਇਸ ਤਰ੍ਹਾਂ ਦਾ ਸਿਰਜਿਆ ਜਾਊਗਾ ਜਿਹੜਾ ਭਵਿੱਖ ਆ ਉਹ ਇਕੱਲਾ ਪੰਜਾਬ ਨਹੀਂ ਤੈਅ ਕਰ ਸਕਦਾ ਨਾ ਭਾਰਤ ਕਰ ਸਕਦਾ ਇਹ ਨਿਊ ਵਰਲਡ ਆਰਡਰ ਹੈ ਨਾ ਜਿਹੜਾ ਮਾਸਕ ਲਾ ਲਓ ਮਾਸਕ ਲਾ ਦਿਓ ਇਹ ਤੁਹਾਡੇ ਬ੍ਰੇਨ 'ਚ ਚਿੱਪਾਂ ਲੱਗ ਜਾਣੀਆਂ ਛੇਤੀ ਉਹ ਭਵਿੱਖ 'ਚ ਇਹ ਪੂਰੀ ਦੁਨੀਆ ਨੂੰ ਚੰਦ ਫੈਮਲੀਆਂ ਚਲਾਉਣਗੀਆਂ ਮਤਲਬ ਕਿ ਪੂਰਾ ਵਰਲਡ ਇੱਕ ਪਿੰਡ ਬਣ ਜਾਵੇ ਮਲਟੀਨੈਸ਼ਨਲ ਕੰਪਨੀਆਂ ਦਾ ਅੰਡਾ ਜਿਹੜੇ ਸਕਿੱਲ ਡਾਊਨ ਬਚ ਜਾਣਗੇ ਜਿਨ੍ਹਾਂ 'ਚ ਜਜ਼ਬਾ ਉਹ ਵੱਜ ਜਾਣਗੇ ਜਿੱਦਾਂ ਪੰਜਾਬੀ ਹਰਿਆਣਵੀ ਅੱਜ ਭਾਰਤ ਦਾ ਕਿਸਾਨ ਜਾ ਕੇ ਇਹ ਬਚ ਜਾਣਗੇ ਇਹ ਆਪਣੀ ਮਰਜ਼ੀ ਕਰ ਲੈਣਗੇ ਪਰ ਬਹੁਤਿਆਂ ਨੂੰ ਉਹਨਾਂ ਨੇ ਪਿੱਛੇ ਲਾ ਲੈਣਾ ਇੱਕ ਹੋਊਗਾ ਰਹਿੰਦਾ ਪਿੰਡਾਂ ਦੇ ਵਿੱਚ ਬਈ ਕਿ ਸਾਡਾ ਬ੍ਰੇਨ ਡਰੇਨ ਹੋ ਰਿਹਾ ਬਾਹਰ ਜਾ ਰਿਹਾ ਬਾਹਰ ਜਾਣ ਦੇ ਪੱਖ 'ਚੋਂ ਵਿਰੋਧ 'ਚੋਂ ਨਹੀਂ ਮੈਂ ਤਾਂ ਹੱਕ 'ਚ ਹੈ ਸਾਰੀ ਉਮਰ ਕੱਚਾ ਕੋਠਾ ਪੱਕਾ ਨਹੀਂ ਸੀ ਹੁੰਦਾ ਮੁੰਡਿਆਂ ਨੇ ਜਾ ਕੇ ਪੈਸੇ ਭੇਜ ਕੇ ਕਿਹੋ ਜਿਹੇ ਪਿੰਡ ਬਣਾ ਦਿੱਤੇ ਹੈ ਨਾ ਹਾਂ ਹੁਣ ਪੰਜਾਬ ਦੀ ਸਰਕਾਰ ਨੂੰ ਇੰਨੀ ਕੁ ਸੈਂਸ ਚਾਹੀਦੀ ਹੈ ਕਿ ਅਸੀਂ NRIਆਂ ਨੂੰ ਬੁਲਾਉਣਾ ਕਿਵੇਂ ਉਰੇ ਜਦੋਂ ਕੋਈ NRI ਪਿੰਡ ਆਵੇ ਆਪਣੇ ਪਿੰਡ ਨੂੰ ਸਜਾਵੇ ਤਾਂ ਉਹਦੇ ਹਾਰ ਪਾਓ ਉਹਨੂੰ ਇੱਕ ਪ੍ਰੋਪਰ ਰੁਤਬਾ ਬਖਸ਼ੋ ਉਦੋਂ ਫਿਰ ਇਹ ਹੋ ਜਾਂਦਾ ਮੈਂ ਸਾਡੇ ਪਿੰਡਾਂ ਕਨੀ ਦੇਖਿਆ ਵੀ ਜਿਹੜਾ ਬੰਦਾ 2-4 ਅਪੀਲਾਂ ਦਾ NRI ਫਿਰ ਪਿੰਡ ਵਾਲੇ ਲੀਡਰਾਂ ਨੂੰ ਜਿਹੜਾ ਹੈਗਾ ਮਾ ਲੂਣੇ ਦੇ ਲੜਨ ਲੱਗ ਪੈਂਦੇ ਇਹਦਾ ਨਾਂ ਬਣੀ ਜਾਂਦਾ ਯਾਰ ਕਿਤੇ ਸਿਆਪਾ ਹੀ ਪੈ ਜੂਗਾ ਚਲੋ ਇੰਨੀ ਕੁ ਖਾਰ ਤਾਂ ਚੱਲਿਆ ਹੀ ਕਰਦੀ ਆ ਪਿੰਡਾਂ 'ਚ ਕੋਈ ਗੱਲ ਨਹੀਂ ਇੰਨੇ ਕੁ ਲੋਕ ਇਗਨੋਰ ਵੀ ਕਰਨਾ ਚਾਹੀਦਾ ਅਤੇ ਲਾਸਟ ਸਵਾਲ ਬਾਈ ਜਿਵੇਂ ਜਿਸ ਤਰ੍ਹਾਂ ਇਹ ਅੰਦੋਲਨ ਦੇ ਵਿੱਚ ਲੋਕਾਂ ਨੇ ਆਪਦਾ ਦਸਾਂ ਨਹੁੰ ਦੀ ਕਿਰਤ ਪਾਈ ਆ ਹੈ ਨਾ ਬੰਦੇ ਇਹਨੇ ਇੰਨਾ ਪੈਸਾ ਜਿਹੜਾ ਲਾਇਆ ਠੀਕ ਹੈ ਕਿ ਇਹਨੂੰ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਾਲਜ ਖੋਲ੍ਹ ਸਕਦੇ ਆ ਬੰਦੇ ਯਾਰ ਇੰਨੇ ਜਿਹੜੇ ਸਾਹਮਣੇ ਇੱਥੇ ਆਪਾਂ ਕਿ ਪਾਣੀ ਵੀ ਜਿਹੜਾ ਹੈਗਾ ਦਸਾਂ ਦਸਾਂ ਨਾਲ ਬਾਈ ਜਿਹੜਾ ਹੈਗਾ ਉਹ ਪਵਾਇਆ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ 14 ਤਰੀਕ ਨੂੰ ਦੇ ਦੇਣੇ ਸੀ ਆ ਜਾਓ ਤੁਸੀਂ ਠੀਕ ਹੈ ਅਤੇ ਬਾਈ ਜਿਹੜਾ ਆਪਣਾ ਕਿਹਾ ਟੋਨੀ ਬਾਈ ਲਗਾਤਾਰ ਤੁਹਾਡੇ ਕੋਲ ਬਾਈ ਵੀ ਆਉਂਦੇ ਰਹਿੰਦੇ ਆ ਲੋਕ ਵੀ ਆਉਂਦੇ ਰਹਿੰਦੇ ਬੀਬੀਆਂ ਆਉਂਦੇ ਰਹਿੰਦੇ ਆ ਕਿਸ ਤਰ੍ਹਾਂ ਦਾ ਸਾਲ ਦਾ ਐਕਸਪੀਰੀਅੰਸ ਹੈ ਨਹੀਂ ਇੱਥੇ ਹਮੇਸ਼ਾ ਜਿਹੜੇ ਅੰਦੋਲਨ ਦਰਦੀ ਅਤੇ ਆਪਣੇ ਦੇਸ਼ ਦਰਦੀ ਸਾਰੇ ਇੱਥੇ ਇਕੱਠੇ ਹੁੰਦੇ ਆ ਅਤੇ ਵੱਡੀ ਗੱਲ ਇਹ ਆ ਜਿੱਦਾਂ ਬਾਈ ਹੁਣਾਂ ਦੀਆਂ ਗੱਲਾਂ ਇੱਕ ਮਤਲਬ ਆਈਡੀਓਲੋਜੀ ਆ ਇੱਕ ਸੇਧ ਦਿੰਦੀਆਂ ਹੈ ਨਾ ਤਾਂਹੀਓ ਅੱਜ ਤੱਕ ਵੀ ਦਿਲਾਂ 'ਚ ਰਾਜ ਕਰਦੇ ਆ ਬੰਦਾ ਇੰਨੇ ਚਿਰ ਦਾ ਹਾਈਟ 'ਤੇ ਟਿਕਣਾ ਬਹੁਤ ਔਖਾ ਹੁੰਦਾ ਇਹ ਸਵਾਲ ਲਾਸਟ ਹੀ ਬਾਈ ਤੁਸੀਂ ਮੰਨ ਲਓ ਅਸੀਂ ਛੋਟੇ ਹੁੰਦੇ ਸੀਗੇ ਮੈਂ ਉਦੋਂ ਬੱਸ 'ਚ ਹੁੰਦਾ ਸੀ ਸਾਡੇ ਮਹਿਮੇ ਸਰ 'ਚ ਮੈਂ ਪਹਿਲਾਂ ਸਾਡੇ ਮਾਣ ਬੱਸ ਉਹਨੂੰ ਮੈਂ ਕਹਿੰਦਾ ਸੀ ਬਾਈ ਯਾਰ ਗਾਣਾ ਲਾ ਦੇਗਾ ਸਾਉਣ ਦੀ ਝੜੀ ਮੂਹਰੇ ਬਹਿ ਕੇ ਇੰਨਾ ਚਿਰ ਬਾਈ ਕਿਰਦਾਰ ਬਚਾ ਕੇ ਰੱਖਿਆ ਕਈ ਕਹਿੰਦੇ ਆ ਵੀ ਬੱਬੂ ਮਾਨ ਆੜਬਾ ਯਾਰ ਫਿਰ ਵੀ ਆੜਬਾ ਫਿਰ ਵੀ ਲੋਕਾਂ ਦੇ ਦਿਲ 'ਤੇ ਰਾਜ ਕਰਦਾ ਐਡਾ ਸਹੀ ਸਹੀ ਦੱਸੀ ਬਾਈ ਕਿਸ ਤਰ੍ਹਾਂ ਕਿਰਦਾਰ ਬਚਾਇਆ ਸਾਡਾ ਜ਼ਿੰਦਗੀ 'ਚ ਕਿਉਂਕਿ ਬਥੇਰੇ ਆ ਮੇਰੇ ਵਰਗਾ 2 ਦਿਨ ਚੜ੍ਹਦਾ ਅਤੇ 3 ਦਿਨ ਉੱਤਰ ਜਾਂਦਾ ਅੜਬ ਗਲਤ ਤੇ ਅੜਬ ਹੈ ਉੱਦਾਂ ਥੋੜ੍ਹੀ ਅੜਬ ਹੈ ਤੁਹਾਨੂੰ ਲੱਗਿਆ ਕਦੇ ਮੈਂ ਇੰਨੇ ਚਿਰ ਤੋਂ ਤੁਸੀਂ ਮਿਲਦੇ ਹੋ ਐਂਟੋਨੀਅਨ ਨੂੰ ਕਿੰਨੇ ਸਾਲ ਤੋਂ ਜਾਣਦੇ ਨਹੀਂ ਮੈਨੂੰ ਤਾਂ ਨਹੀਂ ਲੱਗਿਆ ਪਰ ਗਲਤ ਤੇ ਗਲਤ ਨੂੰ ਗਲਤ ਕਹਿਣਾ ਹੈ ਇੱਥੇ ਅੜਵਾਈ ਆਪਣੀ ਫਿਰ ਜੋ ਮਰਜ਼ੀ ਹੋਵੇ ਹਾਂ ਪਹਿਲਾਂ ਮੈਂ ਕਿਉਂਕਿ ਅਸੀਂ 92 'ਚ 90-92 ਜਦੋਂ ਜਮਾਂ ਹੀ ਛੋਟੀ ਉਮਰ ਦੇ ਉਦੋਂ ਮਾਰ ਖਾਧੀ ਹੈ ਮੈਂ ਗਾਉਣ ਤੋਂ ਬਾਅਦ ਵੀ ਕਈ ਸਾਲ ਮੈਂ ਮੇਰੀ ਪੁਲਿਸ ਨਾਲ ਮੈਂ ਪ੍ਰੋਗਰਾਮ ਨਹੀਂ ਸੀ ਕਰਦਾ ਕਿਸੇ ਦੇ ਵਿਆਹ 'ਚ ਪੁਲਿਸ ਵਾਲੇ ਨੂੰ ਉਹ ਤਾਂ ਫਿਰ ਜਦੋਂ ਸਾਡੇ ਦੋਸਤ ਮਿੱਤਰ ਚਲੇ ਗਏ ਹੌਲੀ ਹੌਲੀ ਸਿਸਟਮ ਬਦਲਿਆ ਫਿਰ ਪੁਲਿਸ ਵੀ ਡਿਫਰੈਂਟ ਹੋਈ ਫਿਰ ਥੋੜ੍ਹਾ ਜਿਹਾ ਇਤਫਾਕ ਜਾਗਿਆ ਤਾਂ ਮੇਰੇ ਮੈਂ ਵਰਤਣ ਲੱਗਿਆ ਨਹੀਂ ਮੈਂ ਪਹਿਲਾਂ ਵਰਤਣ ਸੋ ਧੰਨਵਾਦ ਬਾਈ ਤੁਸੀਂ